ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡੇ ਆਪਣੇ ਚੈਨਲ ਐਸਮੈਟਿਕੀ ਸੋਲੂਸ਼ਨ ਤੇ ਇੱਥੇ ਦੋਸਤੋ ਆਪਾਂ ਕਰਾ ਰਹੇ ਆ ਪੰਜਾਬ ਚੀਕੇ ਪੰਜਾਬ ਦੇ ਆਉਣ ਵਾਲੇ ਪੇਪਰਾਂ ਬਾਰੇ ਐਂਟੀਟੀ ਪੰਜਾਬ ਪੁਲਸ ਜੇਲ ਵਾਰਡਨ ਜਿਹੜੇ ਇਹ ਐਗਜ਼ਾਮ ਪੰਜਾਬ ਦੇ ਆਉਣਗੇ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਨੇ ਫਰਸਟ ਕੁਐਸਚਨ ਕਰਾਂਗੇ ਪੈਟਾਪਟੋਮੀਆ ਨਾਮ ਪੰਜਾਬ ਨੂੰ ਕਿਹਨੇ ਦਿੱਤਾ ਸੀ ਯੂਨਾਨੀ ਲੋਕਾਂ ਨੇ ਮਾਨਸੂਨ ਪੰਜਾਬ ਚ ਕਿਹੜੇ ਮਹੀਨੇ ਆਉਂਦਾ ਹੈ ਸਤੰਬਰ ਪੰਜਾਬ ਦਾ ਕਿੰਨਾ ਏਰੀਆ ਜੰਗਲ ਅਧੀਨ ਹੈ 6% ਰੰਜੀਤ ਸਾਗਰ ਜਲਗਾ ਕਿਹੜੇ ਜ਼ਿਲ੍ਹੇ ਚ ਹੈ ਗੁਰਦਾਸਪੁਰ ਹੜੱਪਾ ਸਭਤਿਆ ਦੀ ਖੋਜ ਕਿਸ ਨੇ ਕੀਤੀ ਦਿਆਰਾਮ ਸਾਨੀ ਨੇ ਜੁਨਾਨੀ ਲੋਕਾਂ ਦੇ ਬਾਅਦ ਪੰਜਾਬ ਚ ਕੌਣ ਆਏ ਸ਼ੱਕ ਬਹੁਤ ਇੰਪੋਰਟੈਂਟ ਕੁਐਸਚਨ ਆ ਹਿਊਨ ਸਾਗ ਕੌਣ ਸੀ ਉਹ ਕਿਸ ਸਮੇਂ ਭਾਰਤ ਆਇਆ ਚੀਨੀ ਕੋਕ ਚੀਨੀ ਯਾਤਰੀ ਸੀ ਤੇ ਹਰਸ਼ਵਰਧਨ ਦੇ ਸਮੇਂ ਉਹ ਭਾਰਤ ਆਇਆ ਗਲਾਮਬਾਂਸ ਦੀ ਸਥਾਪਨਾ ਕਿਸ ਨੇ ਕੀਤੀ ਕੁਤਬਦੀਨ ਐਫਕ ਨੇ ਪਾਤ ਵਿੱਚ ਤੁਗਲਕ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਗਿਆਸੂਦੀਨ ਤੁਗਲਕ ਨੇ ਤੇ ਦੋਸਤੋ ਨੈਕਸਟ ਕੁਐਸਚਨ ਕਰਦੇ ਆਂ ਡੇਲੀ 15 ਕੁਐਸਚਨਾਂ ਦੀ ਆਪਾਂ ਜਿਹੜੀ ਵੀਡੀਓ ਪਾਉਣੇ ਆਗੇ ਤੇ ਉਸ ਦੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ WhatsApp ਗਰੁੱਪ Telegram ਜੋ ਜੁਆਇਨ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਜੇ ਦਿੱਤਾ ਪਿਆਗਾ Facebook ਤੋਂ ਤਾਂ Facebook ਪੇਜ ਨੂੰ ਫੋਲੋ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਰ ਰੋਜ਼ ਨਵੀਂ ਅਪਡੇਟ ਲਈ ਨੈਕਸਟ ਕੁਐਸਚਨ ਲੈਣਾ ਲੋਧੀ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਬਹਿਲੋਲ ਲੋਧੀ ਨੇ ਸਿੱਖ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਸੰਸਕ੍ਰਿਤ ਤੋਂ ਸਿੱਧ ਗੋਸ਼ਟੀ ਕਿਸ ਦੀ ਰਚਨਾ ਸਿੱਧ ਗੋਸ਼ਟੀ ਜਿਹੜੀ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਨੈਕਸਟ ਕੁਐਸਚਨ ਲੈਂਦੇ ਹਾਂ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਕੰਡੇ ਤੇ ਹੋਈ ਬੇਈ ਨਦੀ ਦੇ ਕਿਨਾਰੇ ਤੇ ਖੰਡੂਰ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਗੁਰੂ ਅੰਗਦ ਦੇਵ ਜੀ ਨੇ ਤੇ ਦੋਸਤੋ ਐਸੀ 15 ਕੁਐਸਚਨ ਕੱਲ ਦੇ 15 ਕੁਐਸਚਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਕਲਿੱਕ ਕਰੋ ਥੈਂਕਸ